ਇਹਦੇ 'ਚ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਸਰਕਾਰ ਭਾਰਤ ਸਰਕਾਰ ਨੇ ਕਿ ਭਾਰਤ ਬ੍ਰਾਂਡ ਦੇ ਨਾਂ ਦੇ ਉੱਤੇ ਚਾਵਲਾਂ ਦੀ ਸਪਲਾਈ ਕਰਨੀ ਹੈ। ਚਾਵਲ ਜਿਹੜਾ ਸੀਗਾ ਆਮ ਲੋਕਾਂ ਨੂੰ 29 ਰੁਪਏ ਦੀ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਨੇ ਕੰਟਰੋਲ ਰੇਟ 'ਤੇ ਵੇਚਿਆ ਗਿਆ ਸੀਗਾ, ਜਿਹਦੇ 'ਚ ਪੈਕੇਜਿੰਗ ਅਤੇ ਉਹਦੀ ਭਰਪਰਾਈ ਜਿਹੜੀ ਹੋਣੀ ਸੀਗੀ, 5 ਤੋਂ 10 ਕਿਲੋ ਦਾ ਬੈਗ ਜਿਹੜਾ ਸੀ ਵੇਚਿਆ ਜਾਣਾ ਸੀ। ਇਹਦੇ ਸੰਬੰਧ ਵਿੱਚ ਸਰਕਾਰ ਨੇ ਟੈਂਡਰ ਕੱਢੇ ਸੀ। ਭਾਰਤ ਸਰਕਾਰ ਵੱਲੋਂ ਜਿਹੜੇ ਟੈਂਡਰ ਸੀਗੇ ਆਪਣੇ ਬਠਿੰਡਾ ਨੂੰ ਕਰੀਬ 70,000 ਜਿਹੜੇ ਹੈਗੀ ਮੈਟ੍ਰਿਕ ਟਨ ਜਿਹੜੀ ਚਾਵਲ ਦੀ ਭੰਡਾ ਅਲਾਟਮੈਂਟ ਹੋਈ ਹੈ, ਜਿਹਦੇ ਵਿੱਚੋਂ 1,000 ਜਿਹੜਾ ਮੈਟ੍ਰਿਕ ਟਨ ਦਾ ਜਿਹੜਾ ਜਾਇਜ਼ ਨੰਦਰ ਫਰਮ ਹੈਗੀ ਉਹਨਾਂ ਨੂੰ ਅਲਾਟ ਹੋਇਆ ਸੀ। ਹਰਿਆਣੇ ਦੀ ਫਤਿਹਾਬਾਦ ਦੇ ਕੋਲ ਹਮਜ਼ਾਪੁਰ ਪਿੰਡ ਹੈਗਾ, ਉਸ ਫਰਮ ਨੇ ਇਹ ਜਿਹੜਾ ਮਾਲ ਸੀਗਾ ਚਾਵਲ ਉਹਨਾਂ ਕੋਲ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਪੈਕਿੰਗ ਉਹਦੀ ਇੱਥੋਂ ਪਹਿਲਾਂ ਲੈ ਕੇ ਜਾਣਾ ਸੀਗਾ ਬਠਿੰਡਾ ਤੋਂ ਲੋਡ ਕਰਕੇ ਹਮਜ਼ਾਪੁਰ, ਹਮਜ਼ਾਪੁਰ ਦੇ ਵਿੱਚ ਜਾ ਕੇ ਆਪਦੀ ਫਰਮ ਦੇ ਵਿੱਚ ਸਫਾਈ ਕਰਕੇ ਪੈਕਿੰਗ ਕਰਕੇ ਉਸ ਤੋਂ ਬਾਅਦ 29 ਰੁਪਏ ਦੇ ਹਿਸਾਬ ਨਾਲ ਵੇਚਣਾ ਸੀਗਾ। ਉਹਨਾਂ ਨੂੰ ਇਹ ਟੈਂਡਰ 18 ਰੁਪਏ 50 ਪੈਸੇ ਦੇ ਹਿਸਾਬ ਨਾਲ ਅਲਾਟਮੈਂਟ ਹੋਈ ਸੀ। ਅਲਾਟਮੈਂਟ ਤੋਂ ਬਾਅਦ ਇਹਨਾਂ ਨੇ ਉਹ ਜਦੋਂ ਇਹ 29 ਰੁਪਏ ਦੇ ਵਿੱਚ ਲੋਕਾਂ ਨੂੰ ਵੇਚਣਾ ਸੀ, ਇਹਨਾਂ ਨੂੰ ਇੱਕ ਬ੍ਰੋਕਰ ਹਰੀਸ਼ ਕੁਮਾਰ ਹੈ ਉਹਨੇ ਸਲਾਹ ਦਿੱਤੀ ਜਾਂ ਕੀ ਹੋਇਆ ਉਹਦੇ 'ਚ ਇਸ ਬ੍ਰੋਕਰ ਨੇ ਇਹਦੇ ਇੱਥੋਂ ਦੀ ਇੱਕ ਫਰਮ ਹੈਗੀ ਅੰਜਨਾ ਰਾਈਸ ਮਿਲ, ਉਹਨਾਂ ਦੇ ਵਿੱਚ ਕੋਈ ਉਹਨਾਂ ਦੇ ਰਿਸ਼ਤੇਦਾਰ ਸੀ ਦੂਰ ਦੇ, ਜਿਨ੍ਹਾਂ ਦਾ ਵਿੱਚ ਗੋਪਾਲ ਜਿਹੜਾ ਦੋਸ਼ੀ ਅਸੀਂ ਅਰੈਸਟ ਕੀਤਾ ਹੈਗਾ ਗੋਪਾਲ ਗੋਇਲ, ਇਹਦੀ ਕਸ਼ਯਪ ਸ਼ਕਤੀ ਜਿਹੜੀ ਰਾਈਸ ਮਿਲ ਕੜ ਸ਼ੰਕਰ ਹੈ ਉਸ ਮਿਲ ਦੇ ਮਾਲਕ ਨੇ ਇੱਥੇ ਆਪਣਾ ਮਾਲ ਜਿਹੜਾ ਚੱਕਣਾ ਸੀਗਾ ਤਿੱਤਰਸਰ ਗੁਰਦੁਆਰਾ ਹੈਗਾ ਉਸ ਦੇ ਵਿੱਚ ਗੋਡਾਊਨ ਬਣਿਆ ਹੋਇਆ ਗਲੋਬਸ ਦਾ, ਉਹਨਾਂ ਕੋਲ ਭੰਡਾਰਨ ਹੈ FCI ਦਾ, ਤਾਂ ਉੱਥੋਂ ਉਹਨਾਂ ਨੇ ਮਾਲ ਚੱਕ ਕੇ ਆਪਦਾ ਲਿਜਾ ਕੇ ਇਹਨਾਂ ਨੇ ਸਾਫ਼ ਸਫਾਈ ਕਰਨੀ ਸੀ ਜਿਹੜਾ ਕੰਸਰਨਡ ਹਮਜ਼ਾਪੁਰ ਵਾਲਾ ਹੈਗਾ। ਉਹਨੇ ਬਜਾਏ ਉੱਥੇ ਹਮਜ਼ਾਪੁਰ ਲਿਜਾਣ ਦੀ ਮਾਲ ਇੱਥੇ ਗੋਡਾਊਨ ਦੇ ਵਿੱਚ ਜਿਹੜੇ ਸ਼ੈਲਰ ਮਾਲਕਾਂ ਨੂੰ ਵੇਚਤਾ ਆਮ ਲੋਕਾਂ ਕੋਲ ਨਹੀਂ ਪਹੁੰਚਾਇਆ, ਉਹਦੀ ਕੀਮਤ ਜਿਹੜੀ 18 ਰੁਪਏ ਦੇ ਤੋਂ ਲੈ ਕੇ ਮਤਲਬ ਜਿਹੜੀ 30 ਰੁਪਏ ਵੇਚਣੀ ਸੀ ਉਹ 34 ਰੁਪਏ ਦੇ ਨਾਲ ਜਿਹੜਾ ਡੀਲ ਹੋ ਗਈ। ਇਹ ਕਰੀਬ 20 ਲੱਖ ਰੁਪਏ ਦਾ ਜਿਹੜਾ ਇਹਨਾਂ ਨੇ ਮਾਲ ਹੈਗਾ ਇਸ ਫਰਮ ਨੂੰ ਵੇਚਦਾ ਸੀਗਾ ਸ਼ਿਵ ਸ਼ਕਤੀ ਰਾਈਸ ਮਿਲ ਨੂੰ, ਔਰ ਜਾਣਾ ਇਹ ਹੁਸ਼ਿਆਰਪੁਰ ਸੀਗਾ ਗੜ ਸ਼ੰਕਰ, ਪਰ ਇਹਨੂੰ ਜਿਹੜਾ ਡੰਪ ਇੱਥੇ ਲੋਕਲ ਗੱਡੀਆਂ ਕਰਵਾ ਕੇ ਅਤੇ ਲੋਕਲੀ ਇੱਥੇ ਇੱਕ ਮਿੱਲ ਜਿਹੜੀ ਹੈਗੀ ਅੰਜਨਾ ਰਾਈਸ ਮਿੱਲ ਉਹਦੇ 'ਚ ਜਿਹੜਾ ਓਨਰ ਹੈ ਜਿਹਦਾ ਬਾਕੀ ਤਾਂ ਸਾਰਾ ਕੁਛ ਕਲੀਅਰ ਸੀਗਾ ਉਹਦਾ ਸਟੋਰ ਖਾਲੀ ਪਿਆ ਸੀ, ਉੱਥੇ ਇਹਨਾਂ ਨੇ ਅਨਲੋਡ ਕਰਾ ਕੇ ਆਪਦੀਆਂ ਗੱਡੀਆਂ 'ਚ ਫਿਰ ਚੋਰੀ ਛੁੱਪੇ ਰਾਤ ਨੂੰ ਲੈ ਕੇ ਜਾਣਾ ਸੀ। ਬਸ ਉਸ ਦੌਰਾਨ ਜਦੋਂ ਇਹਨਾਂ ਨੇ ਡਰਾਈਵਰਾਂ ਤੋਂ ਲੈ ਕੇ ਗਏ ਉੱਥੋਂ ਲੋਡ ਕਰਵਾਇਆ ਉਹ ਬਜਾਏ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਸੀ ਅਸੀਂ ਉਸ ਇਨਫੋਰਮੇਸ਼ਨ ਦੇ ਆਧਾਰ 'ਤੇ ਰੇਡ ਕੀਤਾ ਸੀਗਾ ਅਤੇ ਉਹ ਜਿਹੜਾ ਮਾਲ ਉੱਥੋਂ ਲੱਦ ਕੇ ਇਹਨਾਂ ਨੇ ਲਿਆ ਕੇ ਅੰਜਨਾ ਰਾਈਸ ਮਿੱਲ ਦੇ ਵਿੱਚ ਸੁੱਟ ਲਿਆ, ਉੱਥੇ ਜਦੋਂ ਅਨਲੋਡ ਕਰ ਰਹੇ ਸੀ ਅਸੀਂ ਇਹਨਾਂ ਨੂੰ ਰੈੱਡ ਹੈਂਡਲ ਡਰਾਈਵ ਕੀਤਾ ਹੈਗਾ, ਤਾਂ ਇੱਥੇ ਸਾਨੂੰ 1,138 ਬੋਰੀਆਂ 2 ਟਰੱਕਾਂ ਦੇ ਵਿੱਚੋਂ ਮਿਲੀਆਂ ਨੇਗੀਆਂ ਅਤੇ ਇਹਦੇ 'ਚ 2 ਡਰਾਈਵਰ ਅਤੇ ਇੱਕ ਜਿਹੜਾ ਮਾਲਕ ਹੈ ਜਿਸ ਦੇ ਮਾਲ ਸੁਟਵਾਇਆ ਸੀਗਾ ਗੋਪਾਲ ਗੋਇਲ ਸ਼ਿਵ ਸ਼ਕਤੀ ਦਾ ਮਾਲਕ ਜਿਹੜਾ ਹੈਗਾ ਉਹਨੂੰ ਅਸੀਂ ਮੌਕੇ 'ਤੇ ਅਰੈਸਟ ਕੀਤਾ ਹੈਗਾ। ਉਹਨਾਂ ਕੋਲ ਕੋਈ ਵੀ ਡਾਕੂਮੈਂਟ ਇਹਨਾਂ ਚਾਵਲ ਦੇ ਰਿਲੇਟਡ ਕੋਈ ਵੇਚਣ ਜਾਂ ਖਰੀਦਣ ਸੰਬੰਧੀ ਹੈ ਨਹੀਂ ਸੀ। ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕੀ ਇਹਨਾਂ ਨੇ ਖਰੀਦਿਆ ਵੀ ਹੈ ਜਾਂ ਨਹੀਂ ਖਰੀਦਿਆ ਹੈਗਾ, ਕਿਉਂਕਿ ਇਹਨੇ ਕੋਈ ਆਪਦਾ ਰਿਕਾਰਡ ਪੇਸ਼ ਨਹੀਂ ਕਰ ਸਕੇ ਨਾ ਪੈਸੇ ਬਾਰੇ ਕਿੰਨੇ ਦਾ ਪਰਚੇਜ ਕੀਤਾ ਜਾਂ ਕੀ ਕਰਨਾ ਸੀ ਇਹਦੇ 'ਚ। ਦੂਸਰਾ ਜਿਹੜਾ ਹੈਗਾ ਜੈਜ ਨਿੰਦਰ ਫਰਮ ਹੈਗੀ ਉਹਦੇ ਖਿਲਾਫ਼ ਵੀ ਅਸੀਂ ਪਰਚਾ ਦਰਜ ਕੀਤਾ। ਇੱਕ ਜਿਹੜਾ ਅੰਜਨਾ ਰਾਈਸ ਮਿੱਲ ਦਾ ਹੈਗਾ ਓਨਰ ਹੈ ਜਿਹਦੇ ਤੋਂ ਲੋਡ ਅਨਲੋਡ ਹੋਇਆ ਸੀਗਾ ਉੱਥੇ ਉਹਨਾਂ 'ਤੇ ਵੀ ਕੇਸ ਰਜਿਸਟਰ ਕੀਤਾ। ਇਹ 'ਚ ਟੋਟਲ ਜਿਹੜੇ  6 ਵਿਅਕਤੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀਗਾ, ਬਾਕੀ ਜਿਹੜੇ ਓਫੀਸ਼ਲ ਲੈਵਲ ਦੇ ਬੰਦੇ ਨੇਗੇ ਉਹਨਾਂ ਦਾ ਅਸੀਂ ਰੋਲ ਇਨਵੈਸਟੀਗੇਸ਼ਨ 'ਚ ਵਿਚਾਰ ਰਹੇ ਹਾਂ।
ਐਕਚੁਅਲੀ ਕੀ ਹੈ, ਇਹ ਜਿਹੜਾ ਅਲੱਗ ਅਲੱਗ ਏਜੰਸੀਆਂ ਨੂੰ ਇਹ ਟੈਂਡਰ ਅਲਾਟਮੈਂਟ ਵਾਸਤੇ ਅੱਗੇ ਅਪਰੋਚ ਕੀਤਾ ਜਾ ਗਿਆ ਹੈਗਾ, ਜਿਵੇਂ ਇਹਦੇ ਵਿੱਚ ਐਨ ਸੀ ਸੀ ਨੈਸ਼ਨਲ ਕੋਆਪਰੇਟਿਵ ਡਿਪਾਰਟਮੈਂਟ ਫੈਡਰੇਸ਼ਨ ਸੀਗੀ, ਉਹਦਾ ਮਾਲ ਸੀ ਇਹ। ਸਿਮਿਲਰ ਲੇਫਡ ਅਤੇ ਹੋਰ ਕਈ ਕੰਪਨੀਆਂ ਨੇ, ਤਿੰਨ ਚਾਰ ਕੰਪਨੀਆਂ ਦਾ ਮਾਲ ਜਿਹੜਾ ਹੈਗਾ ਸੈਂਟਰਲ ਗੌਰਮੈਂਟ ਨੇ ਸਟੋਰ ਕੀਤਾ ਹੋਇਆ, ਉੱਥੋਂ ਜਿਹੜਾ ਮਾਲ ਆ ਅੱਗੇ ਇਹ 18 ਰੁਪਏ ਜਾਂ 19 ਰੁਪਏ ਜੋ ਵੀ ਕਿਸੇ ਨੂੰ ਟੈਂਡਰ ਦੇ ਜਿਸ ਤਰੀਕੇ ਨਾਲ ਵੀ ਅਲਾਟਮੈਂਟ ਹੋਈ ਹੈਗੀ, ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਇੱਥੋਂ ਇੰਡੀਆ ਇਹ ਮਤਲਬ ਅਲਾਟਮੈਂਟ ਹੋਈ ਹੈ। ਇਹ ਸਿਰਫ ਮਹਿੰਗਾਈ ਨੂੰ ਕੰਟਰੋਲ ਕਰਨ ਦਾ ਇੱਕ ਫਾਰਮੂਲਾ ਗੌਰਮੈਂਟ ਨੇ ਕੱਢਿਆ ਸੀਗਾ, ਪਰ ਇਹ 29 ਰੁਪਏ ਵਾਲੀ ਚੀਜ਼ ਜਿਹੜੀ ਹੈਗੀ ਜਦੋਂ ਇਹਨਾਂ ਨੇ ਬਾਹਰ ਲਿਆ ਕੇ ਬਲੈਕ ਮਾਰਕੀਟਿੰਗ ਦੇ ਵਿੱਚ ਜਾ ਕੇ ਇਹਨਾਂ ਨੇ 35-35 ਰੁਪਏ ਨੂੰ ਵੇਚਦੇ ਹੈਗੇ, ਔਰ ਉਹਦੇ ਜਿੰਨੇ ਖਰਚੇ ਨੇ ਉਹ ਵੀ ਇਹਨਾਂ ਦੇ ਡਰੋਪ ਹੋ ਜਾਂਦੇ ਨੇ, ਕਿਉਂਕਿ ਇਹਨਾਂ ਨੇ ਬੈਗ ਲੈਣੇ ਸੀਗੇ 29 ਰੁਪਏ ਦੇ, ਜਿਹੜੇ ਕਿਲੋ ਦੇ ਹਿਸਾਬ ਨਾਲ ਵੇਚਣਾ ਹੈਗਾ, 5 ਕਿਲੋ ਤੋਂ 10 ਕਿਲੋ ਦੀ ਪੈਕਿੰਗ ਵਾਲੇ ਬੈਗ ਨੇ ਉਸ 'ਚ, ਜੋ ਪ੍ਰੋਜੈਕਟ ਹੈ ਗੌਰਮੈਂਟ ਦਾ ਉਹ ਵੀ ਖਤਮ ਕਰਤਾ ਇਹਨਾਂ ਨੇ, ਅਤੇ ਡਾਇਰੈਕਟ ਹੀ ਬੈਗ ਚੱਕ ਕੇ ਸਿੱਧੇ ਜਿਹੜੇ ਇਹਨਾਂ ਦੇ ਸਟੋਰੇਜ ਦੀ ਜਿਹੜੀ ਘਾਟ ਹੈਗੀ ਇਹਨਾਂ ਦੇ ਛਿੱਲਰ ਮਾਲਕਾਂ ਦੀ, ਉਹ ਪੂਰਾ ਕਰਨ ਵਾਸਤੇ ਇਹ ਜਿਹੜੇ ਟੈਂਡਰਾਂ ਦਾ ਚਾਵਲ ਹੈਗਾ ਉਹ ਯੂਟੀਲਾਈਜ਼ ਕਰ ਰਹੇ ਨੇ। ਇਹਦੇ ਵਿੱਚ ਕਿੰਨਾ ਮਾਲ ਹਜੇ ਆ ਗਿਆ, ਕਿੰਨਾ ਰਹਿ ਗਿਆ, ਕਿੰਨਾ ਸਟੋਰਾਂ ਦੇ ਵਿੱਚ ਪਿਆ ਹੈਗਾ, ਉਹਦੀ ਹਜੇ ਇਨਵੈਸਟੀਗੇਸ਼ਨ ਹੋ ਰਹੀ ਹੈ। ਟੋਟਲ ਜਿਹੜਾ ਹੈਗਾ, ਜੇ ਤਾਂ ਸਾਰੇ ਦਾ ਸਾਰਾ ਮਾਲ ਵਿਕ ਗਿਆ ਹੋਇਆ ਤਾਂ ਫਿਰ 155 ਕਰੋੜ ਦਾ ਇੱਕ ਮਿੰਟ ਹੋਇਆ, 155 ਕਰੋੜ ਦਾ ਹੈਗਾ। ਗ੍ਰਿਫਤਾਰੀ ਇਹਦੇ ਵਿੱਚ ਜਿਹੜਾ ਅੰਜਨਾ ਰਾਈਸ ਮਿੱਲ ਹੈਗੀ, ਉਹਦੇ 'ਚ ਮਾਲ ਇਹ ਲੈ ਆਏ ਸੀਗੇ ਲੱਦ ਕੇ ਗੌਰਮੈਂਟ ਦੇ ਆਟੋ ਗਡਾਊਨ 'ਚੋਂ। ਸ਼ੈਲਰ ਦੇ ਵਿੱਚ ਇੱਕ ਚੀਜ਼ ਹੈਗੀ ਹੈ ਵੀ ਕੋਈ ਵੀ ਮਾਲ ਜਿਹੜਾ ਹੈਗਾ ਸ਼ੈਲਰ ਦੇ ਅੰਦਰ ਚਾਵਲ ਦਾ, ਅੰਦਰ ਜਿਹੜਾ ਚਾਵਲ ਦਾ ਮਾਲ ਹੈਗਾ ਉਹ ਅੰਦਰ ਨਹੀਂ ਆ ਸਕਦਾ ਹੈਗਾ, ਸ਼ੈਲਰ ਤੋਂ ਬਾਹਰ ਤਾਂ ਚਲਿਆ ਜਾਂਦਾ ਹੈਗਾ। ਇਹਦੇ 'ਚ ਉਲਟਾ ਹੋਇਆ, ਸ਼ੈਲਰ ਦੇ ਅੰਦਰ ਪਹਿਲਾਂ ਮਾਲ ਲਿਆ ਕੇ ਡੰਪ ਕੀਤਾ ਹੈਗਾ, ਗਡਾਊਂਡ 'ਚੋਂ ਸ਼ੈਲਰ 'ਚ ਆਇਆ ਹੈਗਾ। ਇਹਦੇ 'ਤੇ ਚੈੱਕ ਕਿਹਨੇ ਰੱਖਣਾ ਹੈਗਾ ਜਾਂ ਕੀ ਇਹਦੇ 'ਚ ਗੌਰਮੈਂਟ ਦਾ ਕੀ ਸਿਸਟਮ ਹੈ, ਉਹਦੇ ਬਾਰੇ ਅਸੀਂ ਸਾਰੀ SOP ਉਹਨਾਂ ਦਾ ਦੇਖਾਂਗੇ ਵੀ ਕੀ ਉਹਦਾ ਹੈਗਾ, ਫਿਰ ਉਸ ਹਿਸਾਬ ਨਾਲ ਜਿਹਦੀ ਵੀ ਰਿਸਪੋਂਸੀਬਿਲਿਟੀ ਹੋਊਗੀ ਉਹਨੂੰ ਫਿਕਸ ਕਰਾਂਗੇ। ਤਿੰਨੋਂ ਦੋਸ਼ੀਆਂ ਨੂੰ, ਗੋਪਾਲ ਨੂੰ ਅਤੇ ਦੋਨੋਂ ਟਰੱਕ ਡਰਾਈਵਰਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਤਾ ਸੀਗਾ। ਉਹਦੇ 'ਚ ਇਹਦਾ 7 ਦਿਨ ਦਾ ਰਿਮਾਂਡ ਮੰਗਿਆ ਸੀ, ਜਿਹੜਾ ਸਾਨੂੰ 24 ਤਰੀਕ ਤੱਕ ਦਾ ਰਿਮਾਂਡ ਆਨਰੇਬਲ ਕੋਰਟ ਨੇ ਦਿੱਤਾ ਹੈਗਾ। ਸਾਡੇ ਹੁਣ ਪੁਲਿਸ ਕਸਟਡੀ 'ਚ ਨੇ, ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਹੋ ਰਹੀ ਹੈ।